ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਦੇ ਵਿੱਚ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਦੱਸਿਆ ਜਾ ਰਿਹਾ ਹੈ ਕਿ ਇੱਕ ਕਾਰ ਦੇ ਉੱਤੇ ਪੱਥਰਾਂ ਨਾਲ ਭਰਿਆ ਟਿੱਪਰ ਪਲਟ ਗਿਆ ਤੇ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਜਿਸ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ। ਤਾਂ ਬੇਹੱਦ ਭਿਆਨਕ ਹਾਦਸਾ ਵਾਪਰਿਆ ਹੈ, ਰੂਹ ਕੰਬਾਊ ਹਾਦਸਾ ਵਾਪਰਿਆ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਗਈ ਹੈ। ਦਿੱਲੀ ਨੰਬਰ ਇਹ ਗੱਡੀ ਸੀ, ਜਿੰਨੇ ਲੋਕ ਸਵਾਰ ਸੀ ਸਾਰਿਆਂ ਦੀ ਹੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਵਿੱਚ 4 ਲੋਕ ਸਵਾਰ ਸੀ ਤੇ ਪੱਥਰਾਂ ਦੇ ਨਾਲ ਭਰਿਆ ਹੋਇਆ ਟਿੱਪਰ ਗੱਡੀ ਦੇ ਉੱਤੇ ਪਲਟ ਗਿਆ ਜਿਸ ਕਾਰਨ ਕਾਰ ਸਵਾਰ 4 ਲੋਕਾਂ ਦੀ ਮੌਤ ਹੋ ਗਈ ਹੈ। ਮੁੱਢਲੀ ਜਾਣਕਾਰੀ ਮਿਲ ਰਹੀ ਹੈ, ਮੋਗਾ ਦੇ ਬਰਨਾਲਾ ਰੋਡ ਤੇ ਇਹ ਭਿਆਨਕ ਸੜਕ ਹਾਦਸਾ ਹੋਇਆ ਹੈ। ਦੱਸਿਆ ਇਹ ਜਾ ਰਿਹਾ ਹੈ ਕਿ ਪੱਥਰਾਂ ਦੇ ਨਾਲ ਭਰਿਆ ਹੋਇਆ ਟਿੱਪਰ ਸੀ, ਅਚਾਨਕ ਬੇਕਾਬੂ ਹੋ ਕੇ ਕਾਰ ਤੇ ਪਲਟ ਗਿਆ। ਕਾਫੀ ਮੁਸ਼ਕਤ ਕੀਤੀ ਗਈ ਕਾਰ ਨੂੰ ਟਿੱਪਰ ਤੋਂ ਹੇਠਾਂ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਮੌਕੇ ਤੇ JCB ਮਸ਼ੀਨਾਂ ਮੰਗਵਾਈਆਂ ਗਈਆਂ, ਟਿੱਪਰ ਨੂੰ ਖਾਲੀ ਕੀਤਾ ਗਿਆ, ਫਿਰ ਟਿੱਪਰ ਨੂੰ ਚੁੱਕਿਆ ਗਿਆ, ਪਰ ਉਦੋਂ ਤੱਕ ਕਾਰ ਦੇ ਵਿੱਚ ਸਵਾਰ ਲੋਕਾਂ ਦੀ ਮੌਤ ਹੋ ਚੁੱਕੀ ਸੀ। ਤਾਂ ਤਸਵੀਰਾਂ ਬੇਹੱਦ ਭਿਆਨਕ ਨੇ, ਕਿਵੇਂ ਜਿਹੜੀ ਟਿੱਪਰ ਦੇ ਹੇਠੋਂ ਗੱਡੀ ਨੂੰ ਕੱਢਿਆ ਗਿਆ ਕਿਉਂਕਿ ਟਿੱਪਰ ਪੱਥਰਾਂ ਨਾਲ ਭਰਿਆ ਹੋਇਆ ਸੀ। ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਕਿਸ ਢੰਗ ਦੇ ਨਾਲ ਪੁਲਿਸ ਮੌਕੇ 'ਤੇ ਮੌਜੂਦ ਹੈ। ਆਲੇ ਦੁਆਲੇ ਦੇ ਲੋਕ ਇਕੱਠੇ ਹੋਏ ਨੇ, JCB ਮਸ਼ੀਨਾਂ ਨੂੰ ਮੰਗਾਇਆ ਗਿਆ ਤਾਂ ਜੋ ਜਿਹੜੇ ਲੋਕ ਨੇ ਗੱਡੀ ਦੇ ਵਿੱਚ ਸਵਾਰ ਲੋਕ ਸੀਗੇ ਉਹਨਾਂ ਨੂੰ ਬਚਾਇਆ ਜਾ ਸਕੇ। ਤਾਂ ਮੋਗਾ ਬਰਨਾਲਾ ਰੋਡ 'ਤੇ ਪਿੰਡ ਬੁੱਟਰ ਦੇ ਕੋਲ ਇਹ ਹਾਦਸਾ ਵਾਪਰਿਆ ਹੈ ਜਿੱਥੇ ਪੱਥਰਾਂ ਦੇ ਨਾਲ ਭਰਿਆ ਹੋਇਆ ਟਿੱਪਰ I-20 ਕਾਰ 'ਤੇ ਪਲਟ ਗਿਆ। ਕਾਰ ਸਵਾਰ 4 ਲੋਕਾਂ ਦੀ ਮੌਤ ਹੋ ਗਈ ਹੈ, ਇੱਕ ਬੱਚੀ ਦੀ ਜਾਨ ਬਚੀ ਦੱਸੀ ਜਾ ਰਹੀ ਹੈ। ਪੁਲਿਸ ਨੇ ਅਤੇ ਮੌਕੇ 'ਤੇ ਮੌਜੂਦ ਲੋਕਾਂ ਨੇ ਕੜੀ ਮੁਸ਼ਕਤ ਤੋਂ ਬਾਅਦ ਕਾਰ ਦੇ ਵਿੱਚੋਂ ਬਾਹਰ ਕੱਢਿਆ ਹੈ। ਤਾਂ ਕਾਰ ਪੂਰੀ ਤਰ੍ਹਾਂ ਦੇ ਨਾਲ ਚਕਨਾਚੂਰ ਹੋ ਗਈ। ਇੱਕ ਵਾਰ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਕਿਸ ਢੰਗ ਦੇ ਨਾਲ ਇਹ ਹਾਦਸਾ ਹੋਇਆ ਹੈ। 4 ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ, ਹਾਲਾਂਕਿ ਇੱਕ ਬੱਚੀ ਨੂੰ ਬਚਾਇਆ ਗਿਆ ਹੈ। ਕਾਰ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਗਈ, ਚਕਨਾਚੂਰ ਹੋ ਗਈ ਕਿਉਂਕਿ ਟਿੱਪਰ ਜਿਹੜਾ ਹੈ ਉਸ ਦੇ ਵਿੱਚ ਪੱਥਰ ਭਰੇ ਹੋਏ ਸੀ ਅਤੇ ਉਹ ਇਸ ਕਾਰ 'ਤੇ ਪਲਟ ਗਿਆ। I-20 ਕਾਰ ਸੀ ਜੋ ਬੁਰੀ ਤਰ੍ਹਾਂ ਦੇ ਨਾਲ ਚਕਨਾਚੂਰ ਹੋ ਗਈ ਹੈ। ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਕਿਸ ਢੰਗ ਦੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਹੈ। 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਰੂਹ ਕੰਬਾਊ ਹਾਦਸੇ ਦੇ ਵਿੱਚ। ਮੋਗਾ ਦੇ ਬਰਨਾਲਾ ਰੋਡ 'ਤੇ ਪਿੰਡ ਬੁੱਟਰ ਦੇ ਕੋਲ ਇਹ ਹਾਦਸਾ ਵਾਪਰਿਆ। ਇੱਕ ਪੱਥਰਾਂ ਦੇ ਨਾਲ ਭਰਿਆ ਹੋਇਆ ਟਿੱਪਰ I-20 ਕਾਰ 'ਤੇ ਪਲਟ ਗਿਆ। ਕਾਰ ਸਵਾਰ 4 ਲੋਕਾਂ ਦੀ ਮੌਤ ਹੋ ਗਈ ਹੈ, ਇੱਕ ਬੱਚੀ ਨੂੰ ਬਚਾਇਆ ਗਿਆ ਹੈ। ਕਰੀਬ 1 ਘੰਟੇ ਬਾਅਦ ਬੱਚੀ ਨੂੰ ਬਾਹਰ ਕਾਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਟਿੱਪਰ ਦੇ ਹੇਠੋਂ ਕਾਰ ਨੂੰ ਬਾਹਰ ਕੱਢਿਆ ਗਿਆ ਹੈ। ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ। ਨਾਮ ਹੈ ਜੀ ਤੁਹਾਡਾ? ਹਾਂਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸਵਰਨ ਸਿੰਘ ਹੈ ਜੀ। ਸਵਰਨ ਸਿੰਘ, ਐਕਸੀਡੈਂਟ ਹੋਇਆ ਕਿਵੇਂ ਹੋਇਆ ਕੁਛ ਪਤਾ ਲੱਗਾ? ਇਹ ਜੀ, ਇਹ ਟਿੱਪਰ ਆਉਂਦਾ ਸੀ ਮੋਗੇ ਵਾਲੇ ਵੱਲੋਂ, ਪੱਥਰ ਦਾ ਭਰਿਆ ਟਿੱਪਰ ਆਉਂਦਾ ਸੀ ਮੂਹਰਲੇ ਅਤੇ ਨਾਲ ਹੀ ਇਹਦੇ ਪਿਛਲੇ ਪਾਸੇ ਗੱਡੀ ਆਉਂਦੀ ਸੀਗੀ, ਉਹਨਾਂ ਨੇ ਗੱਡੀ ਓਵਰਟ੍ਰੈਕ ਕਰਕੇ ਉਹ ਜਮ੍ਹਾਂ ਮੂਹਰ ਦੀ ਮੋੜਦੀ ਹੈ ਖੱਬੇ ਪਾਸੇ ਨੂੰ, ਰੋਡ ਸੀਗਾ ਅਤੇ ਉਹਨਾਂ ਨੇ ਮੂਹਰ ਦੀ ਮੋੜਦੀ, ਪਿੱਛੋਂ ਥੋੜ੍ਹਾ ਜਿਹਾ ਵੇਟ ਕਰ ਲੈਂਦੇ ਤਾਂ ਟਰੱਕ ਲੰਘ ਜਾਂਦੇ, ਬਾਅਦ 'ਚ ਮੋੜ ਲੈਂਦੇ ਠੀਕ ਰਹਿੰਦੇ, ਪਰ ਮੂਹਰ ਦੀ ਮੋੜਤੀ ਉਹ ਅਨਕੰਟਰੋਲ ਹੋ ਗਿਆ ਟਰੱਕ ਉਹਨਾਂ ਤੋਂ, ਜਦੋਂ ਇੱਕਦਮ ਮੂਹਰੇ ਆ ਗਏ ਉਦੋਂ ਫਿਰ ਸੰਭਲਿਆ ਨਹੀਂ ਟਰੱਕ, ਬ੍ਰੇਕਾਂ ਬਹੁਤ ਮਾਰੀਆਂ ਹੋਈ ਟਰੱਕ ਵਾਲੇ ਨੇ ਅਤੇ ਫਿਰ ਉਹਦੇ ਉੱਤੇ ਆ ਕੇ ਡਿੱਗ ਸੀ ਗੱਡੀ। 4 ਜਾਣੇ ਸੀਗੇ ਜੀ। ਹਾਂਜੀ, ਕੱਢਿਆ ਜੀ। ਇਹ ਜੀ ਆਏ ਸੀਗੇ ਹਨੂਮਾਨਗੜ੍ਹ ਤੋਂ, ਦੱਸਦੇ ਆ ਜੀ ਉੱਥੋਂ ਆਏ ਸੀਗੇ, ਦੋਧਰ ਚੱਲੇ ਸੀਗੇ ਜੀ। ਟਰੱਕ ਪਲਟ ਗਿਆ ਸੀ ਕਾਰ ਦੇ ਉੱਪਰ? ਹਾਂਜੀ, ਟਰੱਕ ਉੱਤੇ ਪਲਟ ਗਿਆ ਜੀ, ਬਹੁਤ ਟਾਈਮ ਲਾਇਆ, 1/2 ਘੰਟਾ ਤੁਸੀਂ ਲਾਇਆ ਪੂਰਾ, ਅਸੀਂ ਤਾਂ ਹੱਥਾਂ ਨਾਲ ਪੱਥਰ ਲਾਇਆ ਸਾਰਾ ਟਰੱਕ ਤੋਂ। ਹਾਲਤ ਕਿੱਦਾਂ ਉਹਨਾਂ ਦੀ? ਹਾਲਤ ਹੀ ਉਹ ਮੈਨੂੰ ਲੱਗਦਾ ਜਿਹੜੇ ਲੈ ਕੇ ਐਂਬੂਲੈਂਸ ਸੀ, ਮੁਸ਼ਕਲ ਆਈ ਉਹਨਾਂ ਦਾ ਤਾਂ, ਉੱਥੇ ਜਾ ਕੇ ਪਤਾ ਲੱਗੂਗਾ, ਇੱਥੋਂ ਤੱਕ ਮੈਨੂੰ ਲੱਗਦਾ ਖਤਮ ਸੀਗੀ। ਕੁੜੀ ਇੱਕ ਨਿੱਕੀ ਜਿਹੀ ਬਚੀ ਆ ਜੀ, ਉਹ ਤਾਂ ਇੱਕ ਪਾਸੇ ਦੀ ਕੱਢ ਲਈ ਸੀ ਅਸੀਂ, ਮੋਗਰੇ ਵੇਚਦੀ ਫੜ ਕੇ ਆਏ, ਪੱਥਰ ਪੁੱਤਰ ਪਾਸੇ ਕਰਕੇ ਰੋਈ ਜਾਂਦੀ ਸੀ, ਵਿੱਚੋਂ ਖਿੱਚ ਲਈ ਸੀ ਬਾਹਰ।
ਗੱਡੀ ਕਿਹੜੀ ਸੀ ਇਹ? ਗੱਡੀ ਮੇਰੇ ਸਾਹ i20 ਹੈ ਜੀ। ਸਰ ਐਕਸੀਡੈਂਟ ਹੋਇਆ ਕਦਾ ਕਦਾ ਹੋਇਆ ਔਰ ਕਿਵੇਂ ਹੋਇਆ? ਅੱਜ ਤਕਰੀਬਨ ਦਿਨ ਦੇ 2 ਵਜੇ ਦੇ ਲਗਭਗ ਜਿਹੜਾ ਮੋਗਾ ਤੋਂ ਬਰਨਾਲਾ ਜਿਹੜਾ ਮੇਨ ਹਾਈਵੇ ਆ, ਇੱਥੇ ਪਿੰਡ ਪੈਂਦਾ ਬੁੱਟਰ ਕਲਾਂ, ਉੱਥੇ ਬੁੱਟਰ ਕਲਾਂ ਅਤੇ ਇੱਕ ਦੌਧਰ ਜਾਣ ਵਾਲਾ ਮੇਨ ਰੋਡ 'ਤੇ ਇੱਕ ਚਰਸਤਾ ਪੈਂਦਾ ਅਤੇ ਉੱਥੇ ਇੱਕ ਟਿੱਪਰ ਸੀਗਾ ਜੋ ਵੱਡੇ ਪੱਥਰਾਂ ਦਾ ਭਰ ਕੇ ਮੋਗੇ ਸਾਈਡ ਤੋਂ ਆ ਰਿਹਾ ਸੀ ਅਤੇ ਬੁੱਟਰ ਪਿੰਡ ਸਾਈਡ ਤੋਂ ਇੱਕ ਮਰੂਤੀ ਜਿਹੜੀ ਸਵਿਫਟ ਕਾਰ ਜਿਹਦੇ ਵਿੱਚ ਇੱਕ ਨਾਮ ਵਿਆਹਿਆ ਜੋੜਾ ਸੀ ਅਤੇ 2 ਹੋਰ ਔਰਤ ਆਦਮੀ ਪਰਿਵਾਰਕ ਮੈਂਬਰ, ਇੱਕ ਛੋਟਾ ਬੱਚਾ ਸੀਗਾ ਅਤੇ ਉਹ ਕਿਸੇ ਕਾਰਨ ਜਿਹੜਾ ਟਿੱਪਰ ਸੀਗਾ ਬੜੀ ਤੇਜ਼ ਰਫ਼ਤਾਰੀ ਨਾਲ ਆ ਰਿਹਾ ਸੀ ਅਤੇ ਇੱਕਦਮ ਇਹਦੇ ਉੱਤੇ ਕਾਰ ਦੇ ਉੱਪਰ ਹੀ ਪਲਟ ਗਿਆ ਅਤੇ ਅਸੀਂ ਨਜ਼ਦੀਕ ਹੀ ਸੀ ਸਾਡੀ ਪੁਲਿਸ ਪਾਰਟੀ, ਅਸੀਂ ਉਸੇ ਟਾਈਮ ਹੀ ਸਾਰਿਆਂ ਨੇ ਬੜੀ ਐਫਰਟਸ ਕੀਤੀ ਪਰ ਉਹਦੇ ਕਿਸੇ ਦੀ ਕੋਈ ਬਾਹ ਨਹੀਂ ਚੱਲੀ ਕਿਉਂਕਿ ਸਾਰਾ ਜਿਹੜਾ ਟਿੱਪਰ ਸੀਗਾ ਕਾਰ ਦੇ ਉੱਪਰ ਪਲਟਿਆ ਹੋਇਆ ਸੀ ਅਤੇ ਇੱਕ ਛੋਟੀ ਬੱਚੀ ਜਿਹਦੀ ਉਮਰ ਤਕਰੀਬਨ 8-9 ਸਾਲ ਦੀ ਸੀ ਜਦੋਂ ਐਕਸੀਡੈਂਟ ਹੋਇਆ ਉਹ ਬੜਕ ਕੇ ਟਾਕੀ ਰਾਹੀਂ ਉਹ ਬਾਹਰ ਨਿਕਲ ਗਈ ਇੱਕ ਉਹੀ ਪਰਿਵਾਰ ਅਤੇ ਫਿਰ ਅਸੀਂ ਮੌਕੇ 'ਤੇ ਲੋਕਾਂ ਦੀ ਮਦਦ ਦੇ ਨਾਲ ਹਾਈਡਰੇ ਮੰਗਾ ਕੇ ਅਤੇ ਫਿਰ ਐਂਬੂਲੈਂਸਾਂ ਮੰਗਾ ਕੇ ਬੜੀ ਜੱਦੋ ਜਹਿਦ ਦੇ ਨਾਲ ਉਹਨੂੰ ਪਰਿਵਾਰ ਨੂੰ ਸਾਰਿਆਂ ਨੂੰ ਵਿੱਚੋਂ ਬਾਹਰ ਕੱਢਿਆ ਜਿਹਦੇ ਵਿੱਚ ਇੱਕ ਆਦਮੀ ਅਤੇ ਔਰਤ ਜਿਹੜੇ ਨਾਮ ਵਿਆਹ ਜਾਪਦੇ ਸੀਗੇ ਅਤੇ ਇੱਕ ਹੋਰ ਆਦਮੀ ਅਤੇ ਔਰਤ ਸੀਗਾ ਅਤੇ ਉਹ ਅਸੀਂ ਬਾਹਰ ਕੱਢ ਕੇ ਮੁੱਢਲੀ ਸਹਾਇਤਾ ਲਈ ਮੋਗੇ ਹੋਸਪਿਟਲ ਭੇਜਿਆ। ਇਹ ਹਜੇ ਤਾਂ ਅਸੀਂ ਉੱਥੇ ਭੇਜੇ ਆ ਮੁੱਢਲੀ ਸਹਾਇਤਾ ਲਈ, ਹਜੇ ਸ਼ਾਇਦ ਉਹਨਾਂ ਦੀ ਹਾਲਤ ਬੜੀ ਕ੍ਰਿਟੀਕਲ ਹਾਲਤ ਜਾਪ ਰਹੀ ਸੀ।